ਜੀ ਅਸਲਾਮ ਵਾਲੇਕਮ। ਬਾਬਾ ਟੀਵੀ ਦੇ ਨਾਲ ਮੁਹੰਮਦ ਮਨੀਰ ਤਬੱਸਮ ਹਾਜ਼ਰ ਹੈ ਦਰਿਆ ਚਨਾਬ ਦੇ ਕਿਨਾਰੇ ਨਵਾਹੀ ਗਾਉਂ ਜਿਹੜਾ ਸਾਡਾ ਮਹਿਮੂਦਪੁਰ ਉਹਦੇ ਮੌਜੂਦ ਹਾਂ ਅਸੀਂ ਦਰਿਆ ਚਨਾਬ ਦੇ ਕਿਨਾਰੇ 'ਤੇ ਔਰ ਜਿੱਥੇ ਪਾਣੀ ਦੀ ਸਤਾ ਜਿਹੜੀ ਹੈ ਮੁਸਲਸਲ ਬੁਲੰਦ ਹੋ ਰਹੀ ਹੈ ਅਤੇ ਪਹਿਲੇ ਹੀ ਜਿਹੜੇ ਨੇ ਦਰਜਨੋਂ ਦਿਹਾਤ ਜਿਹੜੇ ਨੇ ਜਲਾਲਪੁਰ ਦੇ ਨਵਾਹੀ ਜਿਹੜੇ ਨੇ ਉਹ ਜਿਹੜੇ ਨੇ ਉਹਨਾਂ ਦੇ ਵਿੱਚ ਨਸ਼ੇਬੀ ਲਾ ਕੇ ਜ਼ੇਰੇ ਆਬ ਆ ਗਏ ਨੇ। ਦਰਿਆਈ ਕਟਾਓ ਵੀ ਜਾਰੀ ਹੈ ਜਿਹੜਾ ਸਾਡੇ ਮੀਡੀਆ ਹਾਊਸ ਦੀ ਕੋਸ਼ਿਸ਼ਾਂ ਦੇ ਨਾਲ ਉਹ ਡਾਕੂ ਸ਼ਾਕੂ ਜਿਹੜੇ ਨੇ ਬਣਨ ਵਾਸਤੇ ਫੰਡ ਜਾਰੀ ਹੋ ਗਏ ਨੇ ਅਤੇ ਦਰਿਆ ਚਨਾਬ ਦੇ ਵਿੱਚ ਵੇਖ ਰਹੇ ਹੋ ਅਤੇ ਇਹ ਤਕਰੀਬਨ 1,48,000 ਦਾ ਜਿਹੜਾ ਰੇਲਾ ਹੈ ਉਹ ਇਸ ਟਾਈਮ ਇੱਥੋਂ ਗੁਜ਼ਰ ਰਿਹਾ ਹੈ ਔਰ ਪਾਣੀ ਦੇ ਵਿੱਚ ਕਦੀ ਕਮੀ ਹੋ ਜਾਂਦੀ ਹੈ ਕਦੀ ਜ਼ਿਆਦਾ ਹੋ ਜਾਂਦੀ ਹੈ ਲੇਕਿਨ ਪਾਣੀ ਜਿਵੇਂ ਜਿਵੇਂ ਜ਼ਿਆਦਾ ਆਉਂਦਾ ਉਵੇਂ ਜਿਹੜੀ ਉਹ ਜ਼ਮੀਨੀ ਕਟਾਓ ਵੀ ਕਰਦਾ ਔਰ ਇਸੇ ਤਰ੍ਹਾਂ ਹੀ ਬੋਣ ਫਾਜ਼ਲ ਦੇ ਵਿੱਚ ਵੀ ਬਿਲਕੁਲ ਕਰੀਬ ਆ ਗਿਆ ਅਤੇ ਮਹਿਮੂਦਪੁਰ ਦੇ ਵਿੱਚ ਵੀ ਜਿੱਥੇ ਅਸੀਂ ਪਿਛਲੇ ਸਾਲ ਆਏ ਸਾਂ ਉਸ ਲਈ ਇਹ ਇੰਨਾ ਨਜ਼ਦੀਕ ਨਹੀਂ ਸੀ ਇਸ ਦਫ਼ਾ ਜਿਹੜਾ ਉਹ ਬਹੁਤ ਨਜ਼ਦੀਕ ਆ ਗਿਆ ਅਤੇ ਇੱਥੇ ਹੋਰ ਵੀ ਸਾਡੇ ਕੋਲ ਇੱਕ ਬੰਦੇ ਜਿਹੜੇ ਨੇ ਮੌਜੂਦ ਨੇ ਦਰਿਆ 'ਤੇ ਵੇਖਣ ਆਏ ਨੇ ਉਹਨਾਂ ਕੋਲ ਵੀ ਪੁੱਛਦੇ ਹਾਂ ਕਿ ਉਹ ਕੀ ਆਖਦੇ ਨੇ। ਹਾਂਜੀ ਪਾਣੀ ਤਾਂ ਬਿਲਕੁਲ ਫੁੱਲ ਹੈ ਇਹ ਸਪੀਡ ਫੁੱਲ ਫੁੱਲ ਜਾ ਰਹੀ ਹੈ ਅਤੇ ਪਾਣੀ ਬਾਹਰ ਨਿਕਲ ਵੀ ਰਿਹਾ ਹੈ ਬਿਲਕੁਲ ਖਤਰਾ ਹੈ ਅਤੇ ਆਪਣੀਆਂ ਜਾਨਾਂ ਲੈ ਕੇ ਨਾ ਅਤੇ ਮਹਿਫੂਜ਼ ਮੁਕਾਮ 'ਤੇ ਮੁੰਤਕਿਲ ਹੋ ਜਾਓ। ਜੀ ਜਿਵੇਂ ਕਹਿ ਰਹੇ ਨੇ ਕਿ ਜਾਨਾਂ ਲੈ ਕੇ ਆਪਣੇ ਮਹਿਫੂਜ਼ ਮੁਕਾਮਾਂ 'ਤੇ ਪਹੁੰਚ ਜਾਓ ਉਹ ਪਹਿਲੇ ਹੀ ਜਿਹੜੇ ਨੇ ਨਾ ਕਿਉਂਕਿ ਹਕੂਮਤ ਵੱਲੋਂ ਕੋਈ ਉਮੀਦ ਨਹੀਂ ਕਿਉਂਕਿ ਮਹਿਕਮਾ PDM ਜਿਹੜਾ ਉਹਨਾਂ ਨੇ ਫਲੱਡ ਵਾਰਨਿੰਗ ਜਾਰੀ ਕਰ ਦਿੱਤੀ ਹੈ ਸੁਬਾਹ ਦੀ ਲੇਕਿਨ ਉਹਦੇ ਬਾਵਜੂਦ ਜ਼ਿਲ੍ਹੇ ਇੰਤਜ਼ਾਮੀਆਂ ਨੇ ਕੋਈ ਜਿਹੜੇ ਨੇ ਇੰਤਜ਼ਾਮਾਤ ਨਹੀਂ ਕੀਤੇ ਕੋਈ ਫਲੱਡ ਰਿਲੀਫ ਨਹੀਂ ਹੈ ਕੋਈ ਦਿਹਾਤਾਂ ਦੇ ਵਿੱਚ ਕੋਈ ਐਲਾਨਾਤ ਨਹੀਂ ਕਰਵਾਏ ਜਾ ਰਹੇ ਕੋਈ ਦਿਹਾਤੀਆਂ ਨੂੰ ਆਗਾਹੀ ਨਹੀਂ ਦਿੱਤੀ ਜਾ ਰਹੀ ਅਤੇ ਉਹ ਦਿਹਾਤੀ ਜਿਹੜੇ ਨੇ ਉਹ ਆਪਣੇ ਮਾਲ ਮਵੇਸ਼ੀ ਲੈ ਕੇ ਆਪਣੇ ਆਪਣੀਆਂ ਜਾਨਾਂ ਲੈ ਕੇ ਆਪਣਾ ਚਾਰਾ ਜਿਹੜਾ ਮਾਲ ਦਾ ਕੱਟ ਕੇ ਲੈ ਕੇ ਆਪਣੇ ਮਹਿਫੂਜ਼ ਮੁਕਾਮਾਂ 'ਤੇ ਪਹੁੰਚ ਰਹੇ ਨੇ ਔਰ ਆਪਣੀ ਮਦਦ ਦੇ ਤਹਿਤ ਆਪਣੀ ਮਦਦ ਆਪ ਦੇ ਤਹਿਤ ਉਹ ਕਿਸ਼ਤੀਆਂ 'ਚ ਬਹਿ ਕੇ ਆਪਣੇ ਆਪਣੇ ਜਿੱਥੇ ਜਿੱਥੇ ਉਹ ਆਪਣੇ ਪਨਾਹ ਲੈ ਸਕਦੇ ਨੇ ਉੱਥੇ ਜਾ ਰਹੇ ਨੇ। ਹਕੂਮਤ ਵੱਲੋਂ ਹਾਲੇ ਤੱਕ ਕੋਈ ਰਿਲੀਫ ਨਹੀਂ ਦਿੱਤਾ ਗਿਆ ਨਾ ਹੀ ਇਸ ਸਿਲਸਿਲੇ 'ਚ ਕੋਈ ਨੋਟਿਸ ਲਿਆ ਗਿਆ ਔਰ ਇਹ ਸਾਡੀ ਬਦਕਿਸਮਤੀ ਹੈ ਕਿ ਦਿਹਾਤੀ ਇਲਾਕੇ ਜਿਹੜੇ ਨੇ ਉਹ ਮਈਸ਼ਤ ਦੇ ਵਿੱਚ ਇੱਕ ਅਹਿਮ ਕਿਰਦਾਰ ਅਦਾ ਕਰਦੇ ਨੇ ਫਸਲਾਂ ਕਾਸ਼ਤ ਕਰਦੇ ਨੇ ਇਸ ਇਲਾਕੇ ਦੀ ਮੁੰਜੀ ਜਿਹੜੀ ਹੈ ਬੜੀ ਮਸ਼ਹੂਰ ਹੈ ਚਾਵਲ ਜਿਹੜਾ ਦੂਸਰੇ ਦੀਗਰ ਮੁਲਕਾਂ ਦੇ ਵਿੱਚ ਵੀ ਜਾਂਦਾ ਔਰ ਮੁਲਕ ਨੂੰ ਹਾਸਲ ਹੋਣ ਵਾਲਾ ਜਿਹੜਾ 46% ਰੈਵਨਿਊ ਜਿਹੜਾ ਉਹ ਇਸ ਜਲਾਲਪੁਰ ਪੱਟੀਆਂ ਦੇ ਇਲਾਕੇ ਦੇ ਜਿਹੜੇ ਚਾਵਲ ਹੁੰਦੇ ਨੇ ਉਹਨਾਂ ਤੋਂ ਹਾਸਲ ਹੁੰਦਾ ਲੇਕਿਨ ਉਸ ਸਾਡੀ ਕਦਰ ਇਹ ਵੇ ਕਿ ਇਸ ਟਾਈਮ ਇੱਥੇ ਜਲਾਲਪੁਰ ਦੇ ਜਿਹੜੇ ਨਵਾਹੀ ਦਰਜਨੋਂ ਦਿਹਾਤ ਨੇ ਜਿਹੜੇ ਦਰਿਆ ਦੀ ਨਜ਼ਰ ਹੋ ਰਹੇ ਨੇ ਉਹਨਾਂ ਦੇ ਵਿੱਚ ਨਸ਼ੇਬੀ ਇਲਾਕੇ ਜ਼ੇਰੇ ਆਬ ਆ ਗਏ ਨੇ ਹਜ਼ਾਰਾਂ ਏਕੜ ਰਾਜ਼ੀ 'ਤੇ ਜਿਹੜੀ ਧਾਨ ਦੀ ਫਸਲ ਖੜੀ ਹੈ ਉਹਦਾ ਵੀ ਖਤਰਾ ਹੈ ਕਿ ਕਿਤੇ ਉਹ ਦਰਿਆ ਦੇ ਵਿੱਚ ਨਾ ਰੁੜ ਜਾਏ ਕਿਉਂਕਿ ਚਾਰਾ 'ਤੇ ਜਿਹੜਾ ਕਾਫੀ ਸਾਰਾ ਦਿਹਾਤਾਂ ਦਾ ਜਿਹੜਾ ਉਹ ਦਰਿਆ ਦੇ ਵਿੱਚ ਚਲਾ ਗਿਆ ਲੇਕਿਨ ਹਕੂਮਤ ਵੱਲੋਂ ਕੋਈ ਨੋਟਿਸ ਨਹੀਂ ਲਿਆ ਜਾ ਰਿਹਾ ਔਰ ਅਵਾਮੀ ਨੁਮਾਇੰਦੇ ਵੀ ਇੱਥੇ ਹਾਲੇ ਤੱਕ ਮਹਿਮੂਦਪੁਰ 'ਤੇ ਨਹੀਂ ਆਏ ਬੋਣ ਫਾਜ਼ਲ ਵੀ ਅਸੀਂ ਕਾਫੀ ਖਬਰਾਂ ਸ਼ਬਰਾਂ ਲਾਈਆਂ ਨੇ ਅਤੇ ਫਿਰ ਉੱਥੇ ਜਿਹੜੇ ਸਾਡੇ MPA ਨੇ ਉਹ ਉੱਥੇ ਗਏ ਨੇ ਮਹਿਮੂਦਪੁਰ ਦੇ ਵਿੱਚ ਹਾਲੇ ਤੱਕ ਕੋਈ ਅਵਾਮੀ ਨੁਮਾਇੰਦਾ ਨਹੀਂ ਆਇਆ ਜਦਕਿ ਇਲੈਕਸ਼ਨਾਂ ਦੇ ਦਿਨ 'ਚ ਜ਼ਿਮੀਂਦਾਰਾਂ ਦਾ ਵੀ ਕਹਿਣਾ ਹੈ ਅਸੀਂ ਵੀ ਦੇਖਿਆ ਨਾਲ ਜਾਂਦੇ ਰਹਿੰਦੇ ਹਾਂ ਕਿ ਵੋਟ ਲੈਣ ਵਾਸਤੇ ਉਹ ਹਰ ਪਿੰਡ ਦੇ ਵਿੱਚ ਜਾਂਦੇ ਨੇ ਸਾਰਿਆਂ ਨੂੰ ਮਿਲਦੇ ਨੇ ਲੇਕਿਨ ਹੁਣ ਉਹ ਕਿਸੇ ਦੀ ਬਾਤ ਨਹੀਂ ਪੁੱਛਦੇ ਪਏ ਅਤੇ ਦਿਹਾਤੀ ਜਿਹੜੇ ਨੇ ਆਪਣੀ ਮਦਦ ਆਪ ਦੇ ਤਹਿਤ ਲੱਗੇ ਨੇ ਅਤੇ ਦੇਖੋ ਹੁਣ ਅੱਲਾਹ ਤਾਲਾ ਉਹਨਾਂ ਦਾ ਵਾਲੀ ਹੈ ਕੀ ਬਣਦਾ ਉਹਨਾਂ ਦੇ ਨਾਲ ਜੀ।